कैसे हुए कौन सुने ਦੱਸਦੇ ਕਿ ਸਿਨਮੇ ਬਾਹਰ ਖੜੀ ਇੱਕ ਮਹਿਲਾ ਨੂੰ ਵਾਹਨ ਦਰੜ ਜਾਂਦਾ ਹੈ ਤੇ ਇਸ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਸੀ ਤੇ ਹਾਦਸੇ ਤੋਂ ਬਾਅਦ ਲੰਬਾ ਜਾਮ ਲੱਗ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਇਸ ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਇਹਨੇ ਨੂੰ ਇਸ ਦੀ ਮੌਤ ਹੋ ਗਈ ਸੀ ਤਾਂ ਇਸ ਦੇ ਵਿੱਚ ਕੁਝ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਇਹ ਹਾਦਸਾ ਰਾਜਪੁਰਾ ਦੇ ਵਿੱਚ ਹੋਇਆ ਜਿੱਥੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਸੜਕ 'ਤੇ ਇੱਕ ਵੱਡਾ ਕੱਟ ਹੈ ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਹੁੰਦੇ ਰਹਿੰਦੇ ਨੇ ਅਤੇ ਇਸ ਬਾਰੇ ਵਿਆਹੁਤਾ ਮਹਿਲਾ ਇਸ ਦਾ ਸ਼ਿਕਾਰ ਹੋ ਗਈ ਅਤੇ ਇਸ ਦੀ ਮੌਤ ਹੋ ਗਈ ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਦਸੇ ਤੋਂ ਬਾਅਦ ਕਾਫ਼ੀ ਲੰਬਾ ਇੱਥੇ ਜਾਮ ਲੱਗ ਜਾਂਦਾ ਮਿਲੀ ਜਾਣਕਾਰੀ ਅਨੁਸਾਰ ਕਿਸ ਵਾਹਨ ਨੇ ਟੱਕਰ ਮਾਰੀ ਫਿਲਹਾਲ ਇਸ ਦਾ ਪਤਾ ਨਹੀਂ ਲੱਗ ਪਾਇਆ ਅਤੇ ਪੁਲਿਸ ਦੇ ਵੱਲੋਂ ਹੁਣ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਉਸਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਹਨਾਂ ਦੇ ਵੱਲੋਂ ਅਣਪਛਾਤੇ ਵਾਹਨ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਪ੍ਰਾਈਮ ਦੇ ਕੱਟ 'ਤੇ ਇੱਕ ਵਾਰੀ ਫੇਰ ਵੱਡਾ ਹਾਦਸਾ ਦੇਖੋ ਪ੍ਰਾਈਮ ਦੇ ਇਸ ਕੱਟ 'ਤੇ ਇੱਕ ਵਾਰ ਫੇਰ ਜਿਹੜਾ ਵੱਡਾ ਹਾਦਸਾ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਇਹ ਕੱਟ ਨੂੰ ਤੁਰੰਤ ਜਿਹੜਾ ਹੈ ਬੰਦ ਕਰਨਾ ਚਾਹੀਦਾ ਦੇਖ ਸਕਦੇ ਹੋ ਤੁਸੀਂ ਭਾਈ ਯਾਰ ਖੇਤੀ ਦੇਖ ਸਕਦੇ ਤੁਸੀਂ ਪ੍ਰਾਈਮ ਦੇ ਕੱਟ 'ਤੇ ਇੱਕ ਵਾਰੀ ਫੇਰ ਹਾਦਸਾ ਕੈਸੇ ਹੋਏ ਕੌਣ ਸੁਣੇ